ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੀਡੀਆ ਦੇ ਮੁਖਾਤਬ ਹੁੰਦਿਆਂ ਕਿਹਾ ਕਿ ਹੋਲੇ ਮਹੱਲੇ ਮੌਕੇ ਆਉਣ ਵਾਲੀ ਸੰਗਤ ਲਈ ਕੋਰੋਨਾ ਟੈਸਟ ਲਾਜ਼ਮੀ ਕਰਨ ਦਾ ਫੈਸਲਾ ਅਤਿ ਦੁਖਦਾਈ ਹੈ। ਜੇਕਰ ਸਰਕਾਰ ਨਹੀਂ ਚਾਹੁੰਦੀ ਕਿ ਸਮਾਗਮ ਹੋਣ ਤਾਂ ਸਿੱਧੇ ਤੌਰ 'ਤੇ ਪਾਬੰਦੀ ਲਗਾਈ ਜਾਵੇ। ਕੈਪਟਨ ਸਾਹਿਬ ਸਮਾਗਮਾਂ ਦੇ ਵਿੱਚ ਰੁਕਾਵਟ ਨਾ ਪਾਉਣ ਅਤੇ ਆਪਣਾ ਫੈਸਲਾ ਤੁਰੰਤ ਵਾਪਸ ਲਵੇ। ਅੱਛਾ ਦਾ ਜਿਹਨੇ ਸਿਰ 'ਤੇ ਮਿਹਰ ਪ੍ਰਿਆਤ ਰੱਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਸੇਵਾਦਾਰਾਂ ਕੋਲੋਂ, ਸਾਰੇ ਪ੍ਰਚਾਰਕਾਂ, ਸਾਰੇ ਮੁਲਾਜ਼ਮਾਂ ਅਤੇ ਸਾਰੀ ਜਥੇਬੰਦੀ ਕੋਲੋਂ ਇਹ ਵੱਡਾ ਕਾਰਜ ਜਿਹੜਾ ਸੀਗਾ 400 ਸਾਲਾਂ ਦਾ ਪ੍ਰਕਾਸ਼ ਉਤਸਵ ਦੀ ਪਹਿਲੀ ਸ਼ਤਾਬਦੀ ਦੇ ਪਹਿਲੇ ਸਮਾਗਮ ਬਹੁਤ ਮਿਹਰ ਪ੍ਰਿਆਤ ਰੱਖ ਕੇ ਕਰਵਾਏ ਔਰ ਇੰਨੀ ਸਫਲਤਾ ਜਿਹੜੀ ਹੋਈ ਹੈ ਮੈਂ ਪਾਤਸ਼ਾਹ ਦਾ ਲੱਖ ਲੱਖ ਸ਼ੁਕਰਾਨਾ ਕਰਦੀ ਅਤੇ ਨਾਲ ਸੰਗਤ ਦਾ ਧੰਨਵਾਦ, ਸਾਰੀ ਖਾਲਸਾ ਪੰਥ ਦਾ ਧੰਨਵਾਦ ਜਿਨ੍ਹਾਂ ਨੇ ਵੱਡੇ ਸਹਿਯੋਗ ਦੇ ਕੇ ਇਹਦੀ ਰੌਣਕਾਂ 'ਚ ਵਾਧਾ ਕੀਤਾ। ਮੈਂ ਮਾਫ਼ੀ ਵੀ ਮੰਗਦੀ ਹਾਂ ਜੇ ਕੋਈ ਕਮੀ ਰਹਿ ਗਈ ਹੋਵੇ ਸੇਵਾ ਵਿੱਚ, ਕਿਸੇ ਦੀ ਆਮਦ ਵਿੱਚ, ਕਿਸੇ ਦੀ ਆਓ ਭਗਤ ਵਿੱਚ, ਮੈਂ ਸਾਰੀ ਸੰਗਤ ਕੋਲ ਮਾਫ਼ੀ ਮੰਗਦੀ ਹਾਂ। ਅਤੇ ਨਾਲ ਹੀ ਜੋ ਹੋਲੇ ਮਹੱਲੇ ਤਿਆਰੇ ਆ ਰਹੇ ਆ ਉੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਸਮਾਗਮ ਨੂੰ ਸਮਰਪਿਤ ਕਰਕੇ ਵੱਡੇ ਸਮਾਗਮ ਕੀਤੇ ਜਾ ਰਹੇ 24 ਤਰੀਕ ਤੋਂ ਸ਼ੁਰੂ ਕਰਕੇ 29 ਤਰੀਕ ਤੱਕ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ ਕਿ ਉੱਥੇ ਵੀ ਹੋਮਾ ਮਾ ਕੇ ਪੁੱਜੋ। ਪਰ ਮੈਨੂੰ ਅੱਜ ਇੱਕ ਅਫਸੋਸ ਹੋਇਆ ਕਿ ਜਿਹੜਾ ਡਿਪਟੀ ਕਮਿਸ਼ਨਰ ਸਾਹਿਬ ਨੇ ਇੱਕ ਹੁਕਮ ਜਾਰੀ ਕੀਤਾ, ਇੱਕ ਉਹਨਾਂ ਨੇ ਜੋ ਬਿਆਨ ਦਿੱਤਾ ਕਿ ਉੱਥੇ ਜਿਹੜਾ ਵੀ ਆਵੇ ਉਹ ਕਰੋਨਾ ਟੈਸਟ 72 ਘੰਟਿਆਂ ਦੇ ਵਿੱਚ ਕਰਾ ਕੇ ਆਵੇ। ਬੜੀ ਦੁੱਖ ਦੀ ਗੱਲ ਹੈ ਕਿ ਐਡੇ ਵੱਡੇ ਸਮਾਗਮ ਦੇ ਵਿੱਚ ਲੱਖਾਂ ਦੀ ਗਿਣਤੀ ਸੰਗਤਾਂ ਨੇ ਆਉਣਾ, ਕੋਈ ਟਰੈਕਟਰ 'ਤੇ ਆਏਗਾ, ਕੋਈ ਟਰਾਲੀ 'ਤੇ ਆਏਗਾ, ਕੋਈ ਬੱਸ 'ਤੇ ਆਏਗਾ, ਕੋਈ ਪੈਦਲ ਆਏਗਾ, ਕੋਈ ਸਾਈਕਲ 'ਤੇ ਆਏਗਾ, ਸਕੂਟਰ 'ਤੇ ਆਏਗਾ। ਹੁਣ ਇੰਨੇ ਲੱਖਾਂ ਲੋਕ ਜਿਹੜੇ ਹੈ ਉਹ 72 ਘੰਟੇ ਕਿੱਦਾਂ ਟੈਸਟ ਕਰਾ ਸਕਦੇ ਹੈ? ਮੈਂ ਸਮਝਦੀ ਹਾਂ ਕਿ ਸਰਕਾਰ ਦੀ ਨੀਅਤ ਜਿਹੜੀ ਹੈ ਉਹ ਐਂਟੀ ਹੁੰਦੀ ਜਾ ਰਹੀ ਹੈ ਕਿ ਐਡੇ ਵੱਡੇ ਸਮਾਗਮ ਵੇਖ ਕੇ, ਇੰਨੀ ਸ਼ਰਧਾ ਵੇਖ ਕੇ, ਇੰਨੇ ਸਤਿਕਾਰ ਵੇਖ ਕੇ। ਮੈਂ ਬੇਨਤੀ ਕਰਾਂਗੀ ਕੈਪਟਨ ਸਾਹਿਬ ਨੂੰ, ਮੁੱਖ ਮੰਤਰੀ ਜੀ ਨੂੰ ਕਿ ਇਹ ਹਦਾਇਤਾਂ ਇਸ ਤਰ੍ਹਾਂ ਦੀਆਂ ਜਾਰੀ ਕਰਕੇ ਇਹਨਾਂ ਸਮਾਗਮ ਵਿੱਚ ਰੁਕਾਵਟ ਨਾ ਪਾਓ। ਜੇ ਤੁਸੀਂ ਕੋਈ ਇਹੀ ਹੁਕਮ ਕਰਨਾ ਕਿ ਸਮਾਗਮ ਨਾ ਕੀਤੇ ਜਾਣ, ਫਿਰ ਇਹ ਆਪ ਉੱਦਾਂ ਐਲਾਨ ਕਰੋ ਪਰ ਲੋਕਾਂ ਨੂੰ ਰੋਕੋ ਨਾ ਜਿਹੜੀ ਸੰਗਤ ਨੇ ਆਉਣਾ। ਆਵਾਜ਼ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।